جان سلام کرن آئی ماد میں دسن آیا میں کو زندگی دی آخری زہر مل گئی ہے حوصلہ نال سلا ملا دے دا مہمان بی بی لکھ واری بسم اللہ کی حسن والے اما اگے سیت منگن آندا ہے اگے تیرے کول پہلے آنا ہے نانے کول بعد وینا ہے آج نانے کول پہلے گیا ہے تیرے کول بعد آیا پہلے ہی واسطے گیا جو قبر دی جاوان منگیم سائنا دے نانے کیا فرمائی حسنا دے نانا دے لکھ واریا کوئی دفنی مانڈے بھی میری منا کوئی بھی پر میں امام میں جاننا میں کو ظالمہ نہیں دفن ہونے ہونا تو جمائے تیری جازہ تے تیرے پیرال پاسو دفنی مانڈے بی بی آدھیے سدھا لگا بھائنی نار ہوا نانے دا نہ جاوے بڑے حوصلے نال بڑے حوصلے نال بی بی آدھیے سدھا لگا نانے دو نہ جاوے مت نانے دو بنے بے تیر چھکے دی مار بنی بسم اللہ ملک دے چنے مکانی تے رادار کٹھے ہو زندگی دا کوئی پتہ نہیں دیکھو میرے پاس بی بی آدھے سیدھا لگا ہے دیر مروا ہے مت نانے دا ونے تے زینب تیر چھکے دی مار ونی سیدھا لگا بیڑی مروا اگے باؤں بیر ماں کبا تیرا دائی بچوں نے کیا پہلے اج تھوڑی جی دیر بیٹھے جگر کٹی جل لگے ارے اماں میرا جگر پیا کٹی میں او میں کوئی جارت رے میں ہن گھر لینا حوصلے نال کئی واسطے بعد میں توڑ نہ پڑ سکتا جڑے جانی بھی سچین دے بیٹھے ہو ماں تجالت لے کے میرا میر ماں
ਮਾਂ ਦੀ ਕਬਰ ਦਾ ਸਹਾਰਾ ਦੇਣ ਕੇ ਉੱਠਣ ਦਾ ਇਰਾਦਾ ਕੀਤਾ ਤੇ ਜਾਣ ਪਿਆ ਹੈ। ਅਰੇ ਅੰਮਾ ਮੈਂ ਉੱਠ ਨਹੀਂ ਸਕਦਾ, ਬੀਬੀਆ ਦੇ ਰੱਖਣੀ ਤਾਂ ਆਖ ਤੱਕ ਕਬਰ ਛੋੜ ਕੇ ਤਕਵਾ ਆਸਰਾ ਦੇ ਕੇ ਭੀਣ ਕੋਲ ਪਹੁੰਚਾਵਾਂ। ਸਈਆ ਡਾਲੇ ਅੰਮਾ ਤਕਲੀਫ ਨ ਕਰ, ਦੁਆ ਕਰ ਮੈਂ ਆਪ ਲੱਗਾ ਵੰਨਾ, ਵਡਾ ਔਖਾ ਹੋ ਕੇ ਉੱਠੇ ਦੂਏ ਹੱਥ ਕਮਾ ਦੇਣ ਕਹਿੰਦੇ ਸੱਜੇ ਲਗਵਾਉਂਦਾ ਕਹਿੰਦੇ ਖੱਬੇ ਹਵੇਲੀ ਦੇ ਦਰਵਾਜ਼ੇ ਤੇ ਆਏ ਇਮਾਮ ਲਿਟੇ ਕਾਸਿਮ ਦੀ ਮਾਂ ਚਾਦਰ ਝਣੀ ਹੋਈ ਏ, ਲਾਲ ਖੋਲੀ ਖੜੀ ਏ ਚੌਕਟ ਤੇ ਕਿਰ ਕੇ ਸ਼ਹਿਰ ਜਰਾ ਖੜੀ ਦੇਦੀ ਸਯਾਦਾ ਦੇ ਕਾਸਿਮ ਦੀ ਮਾਂ ਨਿਦਰ ਨਹੀਂ ਆਈ ਮੈਂ ਜਾਗਿਆ ਮੈਨੇ ਕਾਸਿਮ ਕੋ ਨਿਦਰ ਕਰਾਏ ਸਯਾਦਾ ਦੇ ਸੁੱਤੀ ਨਹੀਂ ਮੈਂ ਜੋ ਆਖ ਗਿਆ ਆਦੀ ਮੈਦਾ ਇਮਾਮ ਮੈਦਾ ਵਾਰਿਸ ਮੈਂ ਜਨਾਬ ਦਾ ਹੁਕਮ ਮੰਨ ਕੇ ਕਾਸਿਮ ਕੁਸੀ ਨੇ ਲਾ ਲਾ ਕੇ ਸੁੱਤੀ ਹਾਂ, ਮੈਂ ਅੱਖਾਂ ਨੂੰ ਮੇਰੇ ਪਾਸੇ ਲਾਲ ਤੇਰੀ ਜ਼ਖਮੀ ਪਾਸੀ ਵਾਲੀ ਮਾਂ ਮੈਂ ਕੁਆ ਦੇ ਮੇਰੀ ਪਿਆਰੀ ਨਾ ਬਚੜੇ ਹੀ ਇਹ ਪਿਆਰੇ ਆ ਮੈਨ ਜੀਵੇ ਤੇ ਕੁ ਕਾਸਿਮ ਪਿਆਰਾ ਹੌਸਲਾ ਬਿਸਮਿਲ੍ਲਾ ਹੌਸਲਾ ਹੌਸਲਾ ਸਯਾਦਾ ਦੇ ਕਾਸਿਮ ਦੀ ਮਾਂ ਉੱਚਾ ਵੇ ਨਾ ਕਰੇ ਮੈਂ ਮੇਰੀਆਂ ਮੇਰੀ ਦੀ ਨਿਮਰ ਖੜੇ ਮੇਰੀ ਸੈਨਾ ਦੇ ਮੈਂ ਸ਼ਾਰ ਦਾ ਹੱਥ ਪਕੜ ਕੇ ਸਹਾਰਾ ਦੇ ਕੇ ਮਸਨਾ ਤੇ ਸਮਾਏ ਸੈਨਾ ਦੀ ਮੇਰਾ ਵਾਰੇ ਸਜਾਵਤ ਕਿਨੋਏ ਨੀ ਤੇਰੀਆਂ ਭੈਣਾਂ ਬਿਨਾ ਕੁੜ ਸੋਨੀਆਂ ਤੁਹਾਡਾ ਜੇ ਹਾਲ ਕੁਜੋ ਨੀ ਤੇਰੀਆਂ ਬਹਿਣੀ ਡੰਗੀਆਂ ਤੇਰੇ ਵੀਰ ਮੇਰਾ ਲੋ ਸਿੰਘ ਸਈਆ ਲਾਲੇ ਕਹੇ ਕੁੜ ਸਾਡ ਜਲੇ ਸਜਣਾ ਹੋਇਆ ਮੈਂ ਆਪ ਦੱਸਾਂ ਸਾਂ ਹੁਣ ਮਿਹਰਬਾਨੀ ਕਰੇ ਨੀ ਤੇ ਮੇਰਾ ਪੁੱਤਰ ਜਾ ਕੇ ਮੇਰੇ ਸੀਨੇ ਤੇ ਸਮਾ ਮੈਂ ਆਖਰੀ ਵਾਲੇ ਕਾਸਿਮ ਕੋ ਸਮਾ ਜਿੰਨਾ ਪਾਕਿਸਤਾਨ ਦੇ ਲਾਜਾਰੋ ਜ਼ਿੰਦਗੀ ਦਾ ਕੋਈ ਪਤਾ ਨਹੀਂ ਗੱਲਾਂ ਹੀ ਸਟੇਜ ਤੇ ਸੈਣਕ ਹੌਸਲਾ ਗੱਲਾਂ ਹੀ ਪਾਕ ਮਿੰਬਰ ਤੇ ਸੈਣਕ ਆ ਕਰੇ ਨਹੀਂ ਗੱਲ ਹੀ ਕਾਵੀ ਹੋ ਗਿਆ ਬਣੀ ਬਣਾਈ ਨਹੀਂ ਮੈਂ ਆਖਿਆ ਮੇਰਾ ਹਸਨ ਅਮੀਰ ਇਮਾਮ ਬਾਕੀ ਤੇਰੇ ਤੇ ਬਹੁ ਜ਼ੁਲਮ ਥੇ ਤੇਰੇ ਜਿਗਰ ਦੇ ਟੁਕੜੇ ਥਾਏ ਤੇਰੇ ਜਲਾਦੇ ਤੇ ਤੀਰ ਲੱਗੇ ਹੋਏ ਕਦੇ ਤੀਰੀ ਜੀਣ ਸਿੱਧੇ ਫੇਰ ਕਦੇ ਜਿਗਰ ਦੇ ਟੁਕੜੇ ਜੀਣ ਜਿੱਦੇ ਤੇ ਕਾਸਿਮ ਦੀ ਮਾਂ ਪੁੱਤਰ ਦੇ ਟੁਕੜੇ ਲੱਗੇ ਨਹੀਂ ਸਕਦੀ
ਆਈ ਬੈਠੀ ਬਾਰਗ ਬੁਲੇਨੀਆਂ ਮੈਨੂੰ ਨਹੀਂ ਲੱਭਦਾ ਹੱਥ ਜਾਣੇ ਵਾਲਾ ਮੈਂ ਦਿੱਤੇ ਹੀ ਨਾਰ ਗੇ ਤਮਾਮੀ ਸੈਯਦਾ ਦੇ ਮੇਰੇ ਕਾਸਿਮ ਕੋ ਮੇਰੇ ਸੀਨੇ ਤੋਂ ਸਮਾ ਹੌਸਲਾ ਮੇਰੇ ਵਿੱਚ ਹੌਸਲਾ ਜ਼ਿੰਦਗੀ ਹੋਈ ਮੇਰੀਆਂ ਬਹਿਣਾਂ ਜੀਆਂ ਦਾ ਬੜਾ ਤਜਰਬਾ ਹੈ ਜਿਨ੍ਹਾਂ ਦੇ ਤਰੇ ਸਾਲ ਦੇ ਬੱਚੇ ਹੋ ਸਨ ਹੁਣ ਇਹ ਵੇਲੇ ਨਾ ਅਗਰ ਮਾਂ ਜਗਾਵੇ ਬਾਲ ਨਹੀਂ ਜਾਗਦਾ ਅਗਰ ਮਾਂ ਦੁੱਧ ਪਿਲਾਉਣਾ ਸੀ ਸ਼ੀਦਰ ਮੂੰਹ ਚ ਦੇ ਸੀ ਅੱਖ ਨਹੀਂ ਖੁੱਲਦਾ ਇਹ ਵੀ ਅਮੀਰ ਦਾ ਪੁੱਤਰ ਮਾਂ ਚਾਹੇ ਕਾਸਿਮ ਨੀ ਅੱਖ ਨੂਟੀਆਂ ਹੋਈਆਂ ਜਦੋਂ ਪਿਓ ਦੇ ਸੀਨੇ ਤੇ ਰੱਖਣ ਲੱਗੀਏ ਅੰਮਾ ਅੰਮਾ ਕਰਕੇ ਗੱਲ ਚ ਬਾਹ ਪਾਈਆਂ ਅੰਮਾ ਮੈਂ ਅਮੀਰ ਦਾ ਪੁੱਤਰਾ ਉਹ ਮੈਂ ਕਿਸੇ ਕੱਲ ਜਾ ਤੇ ਕਿਉਂ ਸਮੇ ਨਹੀਂ ਮਾਂ ਆਪਣੇ ਬਾਬੇ ਦਾ ਸੀ ਨਹੀਂ ਰਾਤ ਆਖਰੀ ਰਹਿ ਗਈ ਰਾਤ ਬਾਬੇ ਦਾ ਸੀਨਾ ਨਹੀਂ ਲੱਭਣਾ ਅਸੀਂ ਮੈਨੂੰ ਉੱਠੇ ਅੱਖੋ ਮੈਨੂੰ ਉੱਠ ਉਹ ਜਿਹੜੇ ਹਲਾਲੀ ਔਲਾਦ ਬੈਠੇ ਹੋ ਪੀਓ ਮਾਂ ਦੀ ਇਹ ਇਮਾਮ ਦਾ ਪੁੱਤਰ ਹਰੇ ਤਰੇ ਸਾਲ ਦਾ ਜਲ ਮਾਂ ਕੇ ਪਿਓ ਦੀ ਆਖਰੀ ਰਾਤ ਹੀ ਅਲੀ ਦੇ ਪੋਤਰੇ ਅੱਖ ਖੋਲੀਏ ਤਾਂ ਬਾਬੇ ਦੇ ਮੂੰਹ ਚ ਖੂਨ ਆ ਮਾਂ ਦੇ ਹੱਥ ਛੁੜਾ ਕੇ ਪਿਓ ਦੇ ਵੰਝਣੇ ਤੇ ਬਾਬੇ ਦਾ ਖੂਨ ਪੂੰਝ ਗਿਆ ਤੇ ਬਾਬਾ ਮੂੰਹ ਚ ਖੂਨ ਕਿਉਂ ਹੈ ਸੈਯਦਾ ਨੇ ਮੇਰੇ ਕੋ ਜ਼ਹਿਰ ਮਿਲ ਗਈ ਹੈ ਮਾਂ ਦੇ ਦੇਖ ਕੇ ਆਦੀ ਹੈ ਖੜਾ ਖੜੀ ਕਿਉਂ ਹੈ ਮੈਂ ਕੋ ਬਾਬੇ ਦੀ ਜ਼ੁਲਫਕਾਰ ਚਾਹ ਦੇ ਉਹ ਕੌਣ ਚਾਲੇ ਨੇ ਜੇ ਮੈਂ ਕੋ ਛੋਟੀ ਉਮਰ ਯਤੀਮ ਬਣਾਏ ਇਮਾਮ ਅਕਸ਼ਰ ਫਰਮਾਇਆ ਕਾਸਿਮ ਘਰਾਂ ਤੇ ਹਵੇਲੀਏ ਤਲਵਾਰੀ ਨਹੀਂ ਚਲੀ ਨੀਆਂ ਕਾਸਿਮ ਦੀ ਮਾਂ ਮੈਂ ਕੋ ਕਾਗਜ਼ ਚਾਹ ਦੇ ਮੈਂ ਪੋਤਰ ਕੋ ਸਫਾਰਸ਼ੀ ਖਤ ਲਿਖ ਦੇਵਾਂ ਹਸਨਾ ਦੇ ਕਾਸਿਮ ਇੱਥੋਂ ਤਲਵਾਰ ਚਾਵਣ ਦੀ ਲੋੜ ਨਹੀਂ ਇਹ ਮੇਰੀ ਤਹਿਰੀਰੀ ਤਾਵੀਜ਼ ਬਣਾ ਕੇ ਬਾਜ਼ੂ ਚ ਬੰਨ ਜਿਹਦਾ ਮੂੰਹ ਜਾਵੇ ਖੋਲ ਕੇ ਪੜ੍ਹੇ ਤਹਿਰੀਰ ਹੁਸੈਨ ਦੁਆਈ ਹੁਸੈਨ ਮੇਰੇ ਯਤੀਮ ਕੋ ਬੰਦਰਾ ਹੀ ਜ਼ਰੂਰ ਬਣਾਵੇ ਭਾਵੇਂ ਲਾਹੇ ਦਾ ਹੋਏ ਅਕਬਰ ਦੀ ਜਾਗੀਰ ਚ ਮੇਰੇ ਕਾਸਿਮ ਕੋ ਕਬਰ ਦੀ ਜਾਈ ਦੇਵੇ ਬਾਸੀਆਂ ਨਾ ਬਾਹਰ ਨਾ ਹੁਸਤ ਨੇ ਦਿਖਾ ਅਜ਼ਾਦਾਰ ਪੰਜੋ ਪਿੰਨ ਅਲੀ ਬੀਬੀ ਕੋਲ ਖੈਰਾਤ ਪੀਨੇ ਖੈਰਾਤ ਹੁੰਦੀ ਹੈ ਰਾਤ ਢਲ ਪਈ ਸਿਆ ਲਾਲੇ ਕਾਸਿਮ ਦੀ ਮਾਂ ਹੁਣ ਆਜ ਮੇਰੀ ਬੇਣੀ ਦੀ ਤਾਜਾ ਜਵੇ ਲੈ ਹੁਣ ਮੇਰੀਆਂ ਬੇੜੀ ਅੱਗੀ ਨਹੀਂ ਜਾਗੀਆਂ ਹੌਸਲਾ ਹੌਸਲਾ ਮੇਰਾ ਵੀਰ ਮੌਲਾ ਦਾ ਸੋਹਣਾ ਆਜ਼ਾਦਾਰ ਹੌਸਲਾ ਸੁਣ ਕੇ ਬਰਦਾਸ਼ਤ ਨਹੀਂ ਪਿਆ ਕਰੇ ਨਾ ਅੱਲਾ ਜਾਣੇ ਬੇੜ ਕਿਵੇਂ ਆ ਦਿੱਤਾ ਉਸੀ ਜਨਾਬ ਉਮੇ ਫਰਵਾ ਸੈਣੀ ਦੇ ਸੱਦਣ ਵਾਸਤੇ ਤੁਰੀਏ ਤਰੇ ਚਾਰ ਕਦਮ ਚਾਹੇ
ਸਾਲ ਦੇ ਕਾਸਮਾ ਦਾ ਨਾਮ ਨਪੇ ਕਿਨਵੇ ਨੀ ਮੇਰੇ ਬਾਬੇ ਦਾ ਉਹ ਕਵੇ ਲੈ ਅੱਖੀ ਦੇਹਾਤ ਕਿਵੇਂ ਦੱਸਾਂ ਸਵੈਣਾ ਵੀ ਚਾ ਕੇ ਪੁੱਪੀਆਂ ਕੋ ਦੱਸਣ ਵੈਨੀਆਂ ਕਾਸਮਾ ਦੇ ਤੂੰ ਮੇਰੇ ਬਾਬੇ ਕੋਲ ਬੈ ਮੈਂ ਦੱਸਣ ਵੈਨਾ ਮਾਂ ਕਿਵੇਂ ਦੱਸਿਆ ਸੋ ਕਾਸਮਾ ਦੇ ਯਤੀਮ ਸਿਖਾ ਛੋੜੇ ਯਾਰ ਗਰ ਮੈਂ ਗੁਸਰਣੇ ਮੈਂ ਪੋਸੀ ਆਪੇ ਪਿਟੇ ਨੀ ਆਸਨ ਮਾਂ ਦੇ ਨਾਚ ਕਿਹੜਾ ਤਰੀਕਾ ਕਰਦੇ ਮਾਂ ਮੇਰੇ ਸਾਰੀ ਚ ਮਿੱਟੀ ਪਿਆ ਮੇਰਾ ਗਰੇਬਾਨ ਚਾਕ ਕਰ ਮਾਂ ਗਰੇਬਾਨ ਚਾਕ ਕੀਤਾ ਸਾਰੀ ਚ ਮਿੱਟੀ ਪਾਈਏ ਜਤੀ ਮਾਂ ਨੂੰ ਸਾਰ ਪਿਆਸ ਰੱਖੇ ਵੱਡੀ ਫੁੱਪੀ ਦੇ ਦਰਿਆ ਦੇ ਨਾਲ ਮਿੱਟੀ ਤੇ ਰੋਂਦਾ ਬੈਠੇ ਆਪਣੇ ਆਪ ਜਾਜੇ ਚਾਗਦੀ ਨਹੀਂ ਮੇਰੇ ਬਾਬੇ ਦਾ ਔਖਾ ਵੇਲੇ ਉੱਚੀ ਆਵਾਜ਼ ਨਾਲ ਨਾ ਸਵੇ ਨਾ ਮਤ ਪਹਿਰੇ ਦਾਰ ਝੀਲਾ ਚੜੇ ਸੋਹਣੀ ਮੁਕਾਨ ਜਾਕਰ ਸਬੀ ਮੰਗਾ ਕੇ ਰਵਾਨ ਮੇਰੀ ਅਦਾਏ ਰਵਾਨ ਵਾਲਿਆਂ ਕੋ ਪਹਿਲੇ ਰਵਾ ਦਿੱਤਾ ਸਬੀ ਵਾਸਤੇ ਤਾਂ ਬਾਤ ਵੀ ਵਜ਼ੀਰ ਗਿਣ ਕੇ ਬੈਠਣ ਹਾਲਾਂਕਿ ਹਸਰਤ ਭੇੜ ਦੀ ਮਜ਼ਲੂਮ ਦੇ ਰਾਹ ਦੇ ਮਾਤਮ ਦੀ ਨਾ ਇਹ ਅਮੀਰ ਵਾਸਤੇ ਵਜ਼ੀਰ ਲੈ ਕੇ ਬੈਠੇ ਮੇਰੀ ਸੈਨ ਦੇ ਜ਼ਖਮਤ ਮਰਹਮ ਲਾਉਣ ਵਾਸਤੇ ਅੱਲਾ ਇਹਨਾਂ ਦੀ ਇਬਾਦਤ ਹੀ ਕਬੂਲ ਕਰੇ ਕਿਸਾਨ ਆਉਣ ਵਾਲਾ ਵੀ ਬੱਚਾ ਕੋਈ ਪਰਿੰਦਾ ਬੈਠਾ ਹੋਏ ਮੁੰਡਾ ਬਹਿਰ ਨਿਕਲੀਏ ਤਰਾਏ ਸਾਲ ਦਬਾਲ ਵਾਲਚ ਮਿੱਟੀ ਗਰੇਬਾਨ ਚਾਕ ਹੌਲੇ ਹੌਲੇ ਮਿੱਟੀ ਦੇ ਬਹਿ ਕੇ ਰੋਂਦਾ ਬੈਠੇ ਸੁਆ ਦੀ ਕਹਿਣਾ ਯਤੀਮ ਦੀ ਉਮਰਾਂ ਦਿੱਤਾ ਹੋਇਆ ਲਗਪਾਲ ਦੀ ਧੀ ਜਿਹੜਾ ਕੁਝ ਮੰਗਿਆ ਦੇ ਆਕਾਸ਼ ਨੂੰ ਬੋਲੇ ਆਪ ਇਨਸਾਫ ਕਰੋ ਤਰਾਏ ਸਾਲ ਦਾ ਬਾਲ ਤੇ ਪਿਓ ਕੋ ਮਰਦਾ ਦਿੱਠੀ ਆਉਂਦਾ ਬੋਲੇ ਮੈਂ ਬੋਲ ਨਹੀਂ ਸਕਦਾ ਸਖਤ ਲੈ ਜੇ ਨਾਲ ਲਾਵਣ ਲੱਗੀਏ ਯਜ਼ੇ ਨਾ ਵੀ ਅਕਲ ਆਈਆ ਮੱਛੀਆਂ ਕਿ ਨਾ ਦੇ ਬੱਚਾ ਮੈਂ ਉਜੜ ਗਈ ਵਾਹ ਵਾਹ ਹੁਸੈਨ ਦੇ ਰੋਣ ਵਾਲੇ ਵਾਹ ਵਾਹ ਹੁਸੈਨ ਦੇ ਮਾਤਮ ਖਿਲਣ ਵਾਲੇ ਮੇਰਾ ਪਿਆਰ ਨਾਲ ਪੁੱਛ ਸੁਆ ਜੋ ਪਿਆਰੀ ਬਾਲ ਕੌਣ ਕਾਸ ਵਾਲੇ ਦਾਦੀ ਛਿੜਕਣ ਦੇ ਤੇਰਾ ਪੋਤਰਾ ਮੈਂ ਤੇਰੇ ਆਸਾਂ ਦਾ ਪੁੱਤਰ ਕਾਸਿਮ ਸੁਆ ਜਾ ਗਿਆ ਲੈ ਲਾ ਕੇ ਦੌੜਿਆ ਦੇਵ ਜੜ ਗਈ ਕਾਸਿਮ ਯਕੀਨ ਬਣ ਗਿਆ ਮੇਰੀ ਸੋਹਣਾ ਪਦਰੀ ਜਾ ਹੌਸਲਾ ਮੇਰੇ ਵਿੱਚ ਹੌਸਲਾ ਜੀਓ ਪਿੱਛਾ ਨਲੇਖ ਮੇਰਾ ਪੁੱਤਰ ਸਾਇਣ ਬੱਤਰੀ ਜੇ ਪੁੱਛਿਆ ਹੈ ਮੂੰਹ ਚੁਮਕਿਆ ਦੀਏ ਮਿੱਟੀ ਕਹਿਣ ਲਾਈਏ ਅੰਮਾ ਗਰੇਬਾਨ ਕਹਿ ਚਾ ਕੀ ਪਈ
ਅੰਮਾ ਰੋਂਦਾ ਕਿਉਂ ਆਸਮਾਨ ਕਿਆ ਇਤਨਾ ਪੁੱਛ ਬਿਰਾ ਲਾ ਦੇ ਦਾ ਮਹਿਮਾਨ ਹੁਣ ਦੱਸੋ ਮੈਂ ਕੁੜਿਆ ਦੇ ਸਾਇੰਸ ਚੁਸਾ ਨਹੀਂ ਭੈਣਾਂ ਦੱਸਣ ਮੈਨੂੰ ਭੈਣਾਂ ਘੁਮਿਰਾਵਾਂ ਦੀ ਮੌਤ ਇਤਲਾ ਮਿਲੇ ਉਹਨਾਂ ਪਰਦੇ ਦਾ ਹੋਸ਼ ਲੈ ਮੈਨੇ ਜ਼ੈਨਬ ਦੀ ਚਾਦਰ ਝੜ ਪਈ ਕਸੂਮ ਕਿਆ ਦੀਏ ਮੁਹੰਮਦ ਕੋ ਛੱਡ ਰੁਕਈਆ ਕੋ ਆ ਦੀ ਅਬਾਸ ਕੋ ਛੱਡ ਆਪ ਹੁਸੈਨ ਦੇ ਦਾਤੀ ਆ ਖੜੀਏ ਆ ਦੀਏ ਮੁਸੱਲਾ ਚੋਲ ਵੱਡਾ ਬਿਰਾ ਲਾਵੇ ਦਾ ਮਹਿਮਾਨੇ ਬਨਦੇਵ ਸ਼ਾਬਾਸ਼ ਬਲਾਵਾਂ ਦੀ ਮੌਤ ਸੁਣਨ ਵੀ ਨਹੀਂ ਆਉਂਦੀ ਨਹੀਂ ਉੱਥੇ ਮਾਤਮ ਕਰਨ ਦਾ ਬੈਠੇ ਇਹਨੇ ਨਹੀਂ ਬਲ ਕੋਈ ਨਹੀਂ ਕਰੇ ਨਹੀਂ ਉੱਜੜ ਗਈਆਂ ਉੱਜੜ ਗਈਆਂ ਉੱਜੜ ਗਈਆਂ ਮੈਂ ਮੱਛੀ ਤੇ ਡਿੱਡ ਗਿਆ ਦੇ ਮੈਂ ਉੱਜੜ ਗਈਆਂ ਸਾਡੀਆਂ ਸਭਾ ਲਗਾਉਣ ਲਾਸੀ ਮਾਤਮ ਕਰੇ ਗਲ ਸੋਣੀ ਅੰਦਰਾਈ ਦੇ ਟੁਕੜੇ ਲੁਕਾਉਣ ਲੱਗੀ ਮੇਰੀ ਸੋਣ ਪੀਟ ਗਿਆ ਦੇ ਨਾ ਲੁਕਾ ਸੁਣੀਆਂ ਦੀਆਂ ਮੈਂ ਉਜੜ ਗਈ ਅੰਮਾ ਦੀਆਂ ਪੱਟੀਆਂ ਬਣਦੀ ਰਹੀਆਂ ਦਾਦੇ ਦਾ ਲੱਖਾਂ ਮੈਂ ਧਵਾਉਂਦੀ ਰਹੀਆਂ ਉਹ ਮੈਂ ਬਿਰਾ ਦੇ ਜਿੱਦਾਂ ਦੇ ਟੁਕੜੇ ਆਪ ਝਲੇ ਸਾ ਟੁਕੜੇ ਛਲੇਂਦੀ ਬੈਠੀ ਮੇਰਾ ਦਸਾਰੀ ਝੋਲੀ ਚ ਪਾਈ ਬੈਠੀ ਮੈਂ ਭਾਣਾ ਪਾਵੇ ਨਾਪ ਕੇ ਰੋਣੀ ਬੈਠੀ ਸਾਈ ਨੀ ਵੇਣ ਕਰਕੇ ਰੋਣਾ ਕਲੇ ਕਮਰ ਤੋੜੀ ਇਮਾਮ ਅਸਲ ਫਰਮਾਏ ਸਾਈ ਸੋਨੇ ਨੇ ਮੇ ਨੇ ਵੀਰ ਮੇਰੀ ਕਮਰ ਤੋੜੀ ਐ ਮੈਂ ਅਲੇ ਮੇਰਾ ਵੀਰ ਵੀਰਾ ਮੇਰੀ ਕਮਰ ਟੁੱਟ ਗਈ ਹੁਸੈਨ ਮੇਰੇ ਕੋਲ ਆ ਕਾਸਿਮ ਦਾ ਹੱਥ ਨੱਥ ਕੇ ਬਿਰਾ ਦੇ ਹੱਥ ਚ ਦੇ ਕੇ ਆਵੇ ਮੇਰੇ ਯਤੀਮ ਦੀ ਪਾਰਸ ਹੋਈ ਹੁਸੈਨ ਹੁਣ ਆਪਣਾ ਹੱਥ ਨਹੀਂ ਕੁੜੇ ਬਿਰਾ ਦਾ ਸੱਜਾ ਹੱਥ ਲੱਪੇ ਅਲੇ ਜ਼ੈਨਬ ਹੀਣ ਤੂੰ ਹੀ ਸੱਜਾ ਹੱਥ ਨਹੀਂ ਕੁੜੇ ਹੀਣ ਹੱਥ ਦਿੱਤੇ ਬਿਰਾ ਦਾਤ ਵੀਰ ਦੇ ਹੱਥ ਚ ਦੇ ਕੇ ਆਵੇ ਗਰੀਬ ਦੀ ਪਾਰਤ ਹੋਵੀ
ఫలం. ఇలాంటి రామనాడు రవాణాలు బందారు వచ్చిందా కదా రజో హుసైన్ సారే ఆయో سارے آئے کھڑے ہو حسین والے میرا ویر بھائی تو ساری آئی کھڑی ہوئی ایک برا نہیں آیا کیوں نہیں آیا کون نہیں آیا حسین والے علما والا نہیں آیا کیوں نہیں آیا مولا چی پیٹے دروازے بھی اندر نہیں آیا دیوار اندر ٹکرا وڈا مرے میں سیا دادا میرے بھیڑا گھومے دے کول گھنا حسین باہر آئے چاہتا دیوار اندر ٹکرا پیا مرے میں سیا دادا ابا ساس لکار وڈا بھیڑا پیا سرے میں ہاتھ بان کیا میں امام بان کے حکم میں دے میں کوئی مدین آنگ سیدہ میں جو میں دے وقت ہوئی تا امام تے زمانے دا ہوئی امام وڈا بھرا ہے سبین دا پیادے میں کجھے میں زینب دے ساتھ چادر ہے یا کوئی نا میں اندر ونجا تے زینب وال کھولی بیٹھی جلنا ضرور تجربہ جاگ میں آخری ہے انہوں نے دیکھ میں دیکھ جو بات میرا دے ساج کے کیے گی ہے امام اللہ I'm gonna go.